We are a multicultural network community. We groom competent global citizens to affect positive change around them. ਅੱਜ ਹੁਸ਼ਿਆਰਪੁਰ ਦੇ ਮਿੰਨੀ ਸਕੱਤਰੇ ਚ ਆਂਗਨਵਾੜੀ ਮੁਲਾਜ਼ਮ ਯੂਨੀਅਨ ਹੁਸ਼ਿਆਰਪੁਰ ਸੀਟੂ ਦੇ ਆਗੂਆਂ ਨੇ ਇੱਕ ਅਧਿਕਾਰੀ ਤੇ ਬਦਸਲੂਕੀ ਕਰਨ ਦੇ ਦੋਸ਼ ਲਾਉਂਦਿਆਂ ਹੋਇਆਂ ਜ਼ੋਰਦਾਰ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮਿੰਨੀ ਸਕੱਤਰੇ ਦੇ ਬਾਹਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਾਮਰੇਡ ਮਹਿੰਦਰ ਸਿੰਘ ਬੱਡੋਵਾਨ ਨੇ ਦੱਸਿਆ ਕਿ ਉਹ ਆਂਗਨਵਾੜੀ ਮੁਲਾਜ਼ਮਾਂ ਨਾਲ ਸਰਕਾਰ ਵੱਲੋਂ ਭੇਜੀਆਂ ਸਬਜ਼ੀਆਂ ਤੇ ਬੀਜ਼ਾਂ ਦੀਆਂ ਥੈਲੀਆਂ ਨੂੰ ਵਾਪਸ ਕਰਨ ਲਈ ਆਏ ਸਨ, ਪਰੰਤੂ ਸਹਾਇਕ ਕਮਿਸ਼ਨਰ ਕਿਰਪਾਲ ਵੀਰ ਸਿੰਘ ਵੱਲੋਂ ਉਹਨਾਂ ਨੂੰ ਥੈਲੀਆਂ ਵਾਪਸ ਲੈਣ ਤੋਂ ਇਨਕਾਰ ਕਰਦਿਆਂ ਹੋਇਆਂ ਉਹਨਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਉਹ ਕਈ ਸਾਲਾਂ ਤੋਂ ਲੋਕਾਂ ਦੀ ਆਵਾਜ਼ ਨੂੰ ਉਠਾਉਂਦੇ ਆਏ ਨੇ ਤੇ ਪਹਿਲੀ ਵਾਰ ਕਿਸੇ ਅਧਿਕਾਰੀ ਵੱਲੋਂ ਉਹਨਾਂ ਨਾਲ ਅਜਿਹਾ ਵਤੀਰਾ ਕੀਤਾ ਗਿਆ ਹੈ। ਇਸ ਸਾਰੇ ਮਾਮਲੇ ਸੰਬੰਧੀ ਜਦੋਂ ਸਹਾਇਕ ਕਮਿਸ਼ਨਰ ਕਿਰਪਾਲ ਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਹੋਇਆਂ ਕਿਹਾ ਕਿ ਆਂਗਨਵਾੜੀ ਵਰਕਰ ਉਹਨਾਂ ਨੂੰ ਮੰਗ ਪੱਤਰ ਦੇਣ ਲਈ ਆਏ ਸਨ ਤੇ ਉਹਨਾਂ ਨੂੰ ਬੀਜ ਸੰਬੰਧਿਤ ਮਹਿਕਮੇ ਨੂੰ ਵਾਪਸ ਕਰਨ ਲਈ ਕਿਹਾ ਗਿਆ ਸੀ ਤੇ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਆਂਗਨਵਾੜੀ ਵਰਕਰਾਂ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਗਈ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਪੰਜਾਬ ਸਰਕਾਰ ਮਰਦਾਬਾਦ, ਸੀਆਈਟੀ ਨੂੰ ਜਿੰਦਾਬਾਦ, ਸੀਆਈਟੀ ਨੂੰ ਜਿੰਦਾਬਾਦ, 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 ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। मेरा नाम कान रविंदर कुमार बड्डोवान, मैं डिस्ट्रिक्ट जनरल सैकटरी सी आई टी हुशियारपुर। अज असी आंगनवाड़ी मुलाजम यूनियन सीटू जिदे असी करता धरता हाँ जेडे पंजाब देश में सारिया मजदूर मुलाजमान जथेबंदियों आर्गेनाइज कर रहे हैं। अज असी आंगनवाड़ी मुलाजम यूनियन दंगा लैके मंग पत्र दे आए थी। असी इतने बाहर गेट पर भी नारेबाजी की, असी अपना रोस जताया। असी डी सी साहब नूं मंग पत्र देना फैसला यूनियन दा, आंगनवाड़ी मुलाजम यूनियन पंजाब दा फैसला सी बे अज सारे पंजाब च डी सी नूं मंग पत्र देने आ। जिहड़ियां बीआं दीआं थैलियां दित्तियां असी उह वापस देणियां डी सी दफ्तर राहीं। इह साडे जिहड़े इत्थे दे मुलाजम सीगे जिहड़े सानूं लै के गए, पंजां विच इह भैणां साडियां नूं नाल मैं गिआ। असी जा के जिहड़ा कृपाल वीर सिंह आ उहनूं मंग पत्र दवाण दे दित्ता, वी उहनूं दे दिओ जी ए नूं। असी जदों मंग पत्र देण गए उस अफसर ने इन्नी साडे नाल बदतमीजी की। असी वो लोग जिन्हां ने लोगों की खातर जेलां कट्टियां, आपां पैर तलवाए, अपने डांगां खाधियां, झूठे मुकदमे 50,000 साडे ते पए, असी वो कट्टे, असी एक पैसे दे आवाजार नहीं। ये लोग जिहड़े कदी कांग्रेस के तले चटदे आ, जदों अकालियां की सरकार आ जांदी उहनां दे तले चटदे आ। बदतमीजी बदतमीजी दा इह कारण होया वी असी थैलियां तुहानूं देणियां सी, नहीं वापस लिजाणियां। वो कहिंदा वापस लै जाओ, असीं नहीं लिजाणियां। मैं थैली बीआं दीआं सीआं, ਵੀ ਜਿਹੜੇ ਭੇਜੇ ਆਂਗਣਵਾੜੀ ਨੂੰ ਲਾਉਣ ਲਈ, ਆਂਗਣਵਾੜੀ ਕੋਲ ਨਾ ਤਾਂ ਜਗ੍ਹਾ ਹੈ ਕਿਤੇ ਲਾਉਣ ਦੀ, ਨਾ ਤਾਂ ਉਹਨਾਂ ਕੋਲ ਆਪਣੇ ਕਿਰਾਏ 'ਤੇ ਉਹਨਾਂ ਨੇ ਬਿਲਡਿੰਗਾਂ ਲਈਆਂ ਆ, ਸਰਕਾਰਾਂ ਨੇ ਬਿਲਡਿੰਗਾਂ ਵੀ ਨਹੀਂ ਬਹੁਤ ਥਾਵਾਂ 'ਤੇ ਦਿੱਤੀਆਂ ਹੋਈਆਂ। ਇਹ ਬੀ ਉਹ ਕਿੱਥੇ ਲਾਉਣਗੀਆਂ? ਇਹ ਬੀਆਂ ਦਾ ਕੰਮ ਮਨਰੇਗਾ ਦਾ, ਆਂਗਣਵਾੜੀ ਦਾ ਕੰਮ ਆ ਬੱਚਿਆਂ ਦੀ ਸਾਂਭ ਸੰਭਾਲ ਕਰਨੀ, ਔਰਤਾਂ ਦੀ ਸਾਂਭ ਸੰਭਾਲ ਕਰਨੀ, ਖੁਰਾਕ ਦੇਣੀ, ਜੋ ਫੀਡਾਂ ਦੀ ਉਹ ਦੇਣੀ, ਉਹ ਡਿਊਟੀ ਆ ਆਂਗਣਵਾੜੀ ਦੀ। ਆਂਗਣਵਾੜੀ ਬੀਏ ਲਾਉਣ ਦੀ ਥੋੜ੍ਹੀ ਡਿਊਟੀ ਆ, ਅਸੀਂ ਉਹ ਦੇ ਵਾਪਸ ਕਰਨਾ ਹੈ। ਉਹ ਮੈਨੂੰ ਕਹਿੰਦਾ ਹੂ ਆਰ ਯੂ, ਜਦੋਂ ਮੈਂ ਉਹਨਾਂ ਅਰਗੇ ਮੈਂ ਉਹਨਾਂ ਆਰਗੂਮੈਂਟ ਕਰ ਰਿਹਾ ਸੀ ਤਾਂ ਉਹ ਆਰਗੂਮੈਂਟ ਚੱਲ ਨਹੀਂ ਰਿਹਾ ਸੀ। ਮੇਰੀ ਆਰਗੂਮੈਂਟ ਨੂੰ ਉਹ ਇੱਦਾਂ ਲੈ ਰਿਹਾ ਸੀ ਵੀ ਜਿੱਦਾਂ ਇਹ ਬੰਦਾ ਕੁੜੀਆਂ ਨਰਮੋ ਆ ਅਤੇ ਇਹ ਬੰਦਾ ਸਾਡੇ ਨਾਲ ਆਰਗੂਮੈਂਟ ਕਰਦਾ, ਕਿਉਂਕਿ ਇਹ ਅਫਸਰ ਸ਼ਾਹੀ ਇੱਦਾਂ ਦੀ ਹੁੰਦੀ ਆ, ਇਹ ਤਾਂ ਲੋਕਾਂ ਨੂੰ ਦਫ਼ਤਰਾਂ ਨੇੜੇ ਨਹੀਂ ਲੱਗਣ ਦਿੰਦੀ। ਮੈਨੂੰ ਕਹਿੰਦਾ ਉਂਗਲੀ ਥੱਲੇ ਰੱਖ ਮੇਰੇ ਦਫ਼ਤਰ 'ਚੋਂ, ਹੌਲੀ ਬੋਲ। ਜਿਸ ਵੇਲੇ ਅਸੀਂ ਬਾਹਰ ਆ ਕੇ ਉੱਚੀ ਬੋਲੇ, ਪੂਰਾ ਨਾਰਿਆਂ ਦਾ ਜ਼ੋਰ ਲਾ ਦਿੱਤਾ, ਫਿਰ ਸਾਡੇ ਮਿੱਤਰ ਇੱਥੇ SSP ਸਾਹਿਬ, ਜਿਹੜੇ ਥੱਲੇ SHO ਵੀ ਰਹਿ ਕੇ ਆਏ, ਨਵਜੋਤ ਸਿੰਘ ਮਾਹਲ, ਜਿਨ੍ਹਾਂ ਨੇ DSP ਵੀ ਉੱਥੇ ਰਹੇ ਆ ਅਤੇ ਅੱਜ SSP ਬਣੇ ਆ, ਉਹਨਾਂ ਦੀ ਗਾਈਡ ਲਾਈਨ ਨਾਲ ਉਹਨੇ ਸਾਨੂੰ ਬੁਲਾਇਆ, ਉਹਨੇ ਬੜੇ ਪਿਆਰ ਨਾਲ ਸਾਡੇ ਨਾਲ ਗੱਲ ਕੀਤੀ। ਇਹ ਚਾਰ ਅਫਸਰ ਪੰਜਾਬ 'ਚ ਜਿਹੜੇ ਵਧੀਆ, ਗੁਰਪ੍ਰੀਤ ਦਿਓਲ ਜੀ ਅਤੇ ਉਪਿੰਦਰ ਸਿੰਘ ਘੁੰਮਣ ਜੀ, ਇਹ ਅਫਸਰ ਜਿਹੜੇ ਆ ਇਹ ਇਮਾਨਦਾਰੀ ਵਾਲੇ ਅਫਸਰ ਵਧੀਆ। ਪਰ ਜੇ ਉਹ ਅੱਜ ਕੀਤਾ ਇਹਨਾਂ ਨੇ, ਆ ਕਿਰਪਾਲ ਵੀਰ ਸਿੰਘ ਨੇ ਜੋ ਇਹਨਾਂ ਨੇ ਕੀਤਾ, ਅੱਜ ਪਹਿਲੀ ਵਾਰ ਸਾਡੇ ਨਾਲ ਹੋਇਆ 40 ਸਾਲਾਂ 'ਚ। ਅਸੀਂ ਮੰਗ ਪੱਤਰ ਵੀ ਦਿੱਤੇ ਆ, ਅਸੀਂ ਸੰਘਰਸ਼ ਵੀ ਕੀਤੇ ਆ, ਹੜਤਾਲਾਂ ਵੀ ਕੀਤੀਆਂ। ਪਹਿਲਾਂ ਅਫਸਰ ਟੱਕਰਿਆ ਜਿੱਦਾਂ ਲਾਲ ਝੰਡੇ ਦਾ ਬੈਰੀ ਹੁੰਦਾ ਅਤੇ ਕਾਮਰੇਡ ਬੈਰੀ ਹੁੰਦਾ ਪਰਿਵਾਰਕ ਤੌਰ 'ਤੇ ਵੀ। ਹਾਂਜੀ, ਅਗਲਾ ਸਟੈਪ ਹੁਣ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਇਕੱਠ ਰੱਖਾਂਗੇ। ਇਹ ਜਿਹੜਾ ਵੀਰਪਾਲ ਸਿੰਘ, ਕਿਰਪਾਲ ਵੀਰ ਸਿੰਘ ਵਾ, ਇਹਦੇ ਖਿਲਾਫ਼ ਇੱਕ ਮੁਜ਼ਾਹਰਾ ਅਸੀਂ ਜ਼ਿਲ੍ਹੇ 'ਚ ਰੱਖਾਂਗੇ, ਇਹਨੂੰ ਆਰਗੇਨਾਈਜ਼ ਕਰਾਂਗੇ। ਆਰਗੇਨਾਈਜ਼ ਕਰਕੇ ਇਹਦੇ ਖਿਲਾਫ਼ ਮੰਗ ਪੱਤਰ ਵੀ ਇਹਦੀ ਬਦਲੀ ਕਰੋ ਇੱਦਾਂ ਦੇ ਅਫਸਰ ਦੀ,
क्योंकि ये सरकारां भी डिस्टर्ब होंदियां, इहदे नाल मुख्यमंत्री भी डिस्टर्ब होंदे आ, इहदे नाल बाकी भी लोग जिहड़े ईमानदार वह भी डिस्टर्ब होंदे आ। इहदे खिलाफ सानू संघर्ष विढ़ना ते अज मंग भी करदे आ वी इहदी इत्थों तुरंत बदली करो, इधर अफसर साडे जिले सानू नहीं चाहिए। सर अज एक मंग पत्र दे मता देण आए सीगे आंगनवाड़ी यूनियन वाले, नाल उहनां दे सीटू वाले भी सी, उहनां वल्लों दोष लगाया गया कि संबंधित अधिकारी वालों उन्होंने मिसबिहेव किया गया, की मामला सी सर? नहीं, आंगनवाड़ी कुछ वर्कर्स जिहड़ियां ने मैनू मंग पत्र देन आए सीगे, उन्हां नू कोई बीज रिसीव होए सीगे, सो वो मंग पत्र जिहड़ा उन्हां दा लै लिया गया, तो इदां दा कोई गल नहीं है, सिर्फ उन्होंने इन्नी गल कही सी जिहड़े बीज तुहानू जिस डिपार्टमेंट ने दिते ने सो ये उत्थे ही जिहड़े डिपोजिट किए जाण, बस दैट्स इट। मता एक्सैप्ट कर लिया उन्होंने, लै लिया? हाँ जी, मता बिल्कुल लै लिया।